आखदा नहीं सी पर छड़ेंगी काके वड़ी बनगी सियाणी कर मित्रां दा खाके अज बाई ने कंठे कुंठे पाया पूरा जचया वाह ना मरानी पुत ਤੇ ਮੈਨੂੰ ਇਹ ਦੱਸ ਬਾਈ ਕਿਹੜੇ ਦਾ ਗਾਣਾ ਸੁਣਾਏਗਾ ਕਿਹੜੇ ਕਲਾਕਾਰ ਅੱਜ ਨਵਾਂ ਸੁਣਾ ਕੇਸ ਪੈ ਗਿਆ ਚਿੱਟੇ ਕੇਸ ਪੈ ਗਿਆ ਚਿੱਟੇ ਦਾ ਆਏ ਹਾਏ ਕਿੰਨੀ ਉਮਰ ਕਿੰਨੀ ਆ 11 ਸਾਲਾਂ ਦਾ 11 ਸਾਲਾਂ ਦਾ ਬੰਦਾ ਗੱਲਾਂ ਚਿੱਟੇ ਦੀਆਂ ਹੈ ਚੱਲ ਸੁਣਾ ਦੇ ਫਿਰ ਪਹਿਲਾਂ ਪੁੱਤ ਗੀਤ ਸੁਣਾ ਕੇਸ ਪੈ ਗਿਆ ਚਿੱਟੇ ਦਾ ਮੈਂ ਤੇ ਆਵੇ ਤੈਨੂੰ ਕੈਦ ਬੋਲ ਗਈ ਹੋਰ ਹੋਰ ਸੁਣਾ ਯਾਰ ਹੋਰ ਸੁਣਾ ਹੋਰ ਗਾਣਾ ਸੁਣਾ ਯਾਰ ਖੜਾ ਮੈਂ ਤੇਰੇ ਕੋਲੇ ਚੱਲ ਸੰਗ ਰਿਆ ਖੜਾ ਹੋ ਕਿਹੜਾ ਸੁਣਾ ਨਾਰ ਬੱਕਰੀਆਂ ਵਾਲੇ ਦਾ ਉਹ ਸੁਣਾ ਦੇ ਨਹੀਂ ਹੋਰ ਸੁਣਾ ਦੇ ਜਿਹੜਾ ਤੂੰ ਕਹਿੰਦਾ ਸੀ ਸਿੱਧੂ ਮੂਸੇ ਵਾਲੇ ਦਾ ਸੁਣਾ ਦੇ ਸੁਣਾ ਦੇ ਕੋੜਾ ਜਿਹੜਾ ਆ ਜਿਹੜਾ ਸਿੱਧੂ ਮੂਸੇ ਵਾਲੇ ਦਾ ਗਾਣਾ ਉਹ ਸੁਣਾ ਦੇ ਉਹ ਸੁਣਾ ਦੇ ਆ ਤੇਰੇ ਤੇਰਿਆਂ ਦੁੱਖਾਂ 'ਚ ਜਾਂ ਵੈਲੀ ਬੰਦਾ ਸਾਹਮਣੇ 'ਚ ਵੇਖਲਾ ਸਰੀਰ ਚੰਦ ਉਹ ਸੁਣਾ ਦੇ ਆ ਜਾ ਉਹ ਸੁਣਾ ਦੇ ਬਾਲੇ ਚੱਕ ਮੇ ਰੱਖਦਾ ਬਤੰਦਰ ਸੰਗੀ ਕਿਉਂ ਜਾਣਾ ਸੰਗਣਾ ਸੰਗਣਾ ਹੈ ਐਨਕਾ ਉਹੀ ਕਹਦਾ ਐਨਕਾ ਦੇ ਤੂੰ ਤਾਂ ਮੇਰਾ ਸਾਹਮਣਾ ਐਨਕਾ ਵੀ ਲਾਉਂਦਾ ਸੁਣਾ ਦੇ ਸੁਣਾ ਦੇ ਐਨਕਾ ਲਾ ਦੇ ਐਨਕਾ ਅੱਛਾ ਚੱਲ ਐਨਕਾ ਲਾ ਕੇ ਸੁਣਾ ਦੇ ਐਨਕਾ ਲਾ ਕੇ ਸੁਣਾਊਗਾ ਬਾਈ ਬਾਈ ਉਹ ਐਨਕਾ ਲੱਭੀ ਜਾਂਦਾ ਹੈਗਾ ਬਾਈ ਕਿ ਤੂੰ ਵੀ ਭੁੱਲਿਆ ਕਰੇ ਨਹੀਂ ਹੈਗਾ ਜੀ ਹੈਗਾ ਹੈਗਾ ਚੱਲ ਅਸੀਂ ਮੂੰਹ ਬਰਾ ਕਰ ਲੈਨੇ ਆ ਠੀਕ ਆ ਠੀਕ ਆ ਫੇਰ ਤਾਂ ਸੁਣਾ ਦੇਗਾ ਸੁਣਾ ਦੇ ਯਾਰ ਕੋਈ ਬਈ ਮੇਲਾ ਦੇਖੋ ਸੂਰਪੁਰੀ ਦਾ ਮੇਲਾ ਹਨਾ ਮੇਲੇ ਦੇ ਵਿੱਚ ਇਹ ਦੇਖੋ ਕੱਲਾ ਹੀ ਜੱਜਦਾ ਪਤੰਦਰਾ ਐਨਕਾ ਪਾਇਆ ਹੈ ਲੈ ਹੁਣ ਐਨਕਾ ਲਾਊ ਬੰਦਾ ਐਨਕਾ ਲਾ ਕੇ ਫੇਰ ਸੁਣਾਊਗਾ ਬਾਈ ਲਾ ਪਤੇ ਲੈ ਬਈ ਹੁਣ ਸੁਣਾਏਗਾ ਚਾ ਸੁਣਾ ਦੇ ਕੇ ਪੈ ਗਿਆ ਚਿੱਟੇ ਦਾ ਮਤਲਬ ਆਵ ਤੈਨੂੰ ਕਹਿਤ ਬੋਲ ਕੇ ਪੁੱਤ ਹੋਰ ਸੁਣਾ ਹੋਰ ਸੁਣਾ ਦੇ ਕੋਈ ਇਹ ਤਾਂ ਸੁਣਾ ਸੰਗੀ ਸੰਗੀ ਕਾ ਤੋ ਜਾਣਾ ਤੂੰ ਕੁੜੀ ਦੇ ਨਾਲ ਬਾਹਰ ਬਥੇਰੇ ਗੰਦਾ ਫਿਰਦਾ ਰਹਿੰਦਾ ਹੋਰ ਨਹੀਂ ਜਾਦਾ ਹੋਰ ਨਹੀਂ ਆ ਗਾਣੂ ਕਰ ਕਹੇਗਾ ਲੈ ਮਿੱਤਰੋ ਗਾਣੂ ਆਪਾਂ ਤਾਂ ਗਾਣਾ ਸੁਣਾ ਗਿਆ ਨਾ ਵਧੀਆ ਇਹ ਬਾਈ ਮੁਬਾਰਕ ਸਕੂਲ ਵੀ ਜਾਂਦਾ ਹੁੰਦਾ ਜੀ ਪੜਨ ਸਾਡਾ ਤਾਂ ਆਹੀ ਆ ਅੱਛਾ ਜੀ ਤੇ ਲਾਇਆ ਨਹੀਂ ਫਿਰ ਸਕੂਲ ਪੜਨ ਜੀ ਮਾਲ ਪਟਵਾਰੀ ਰੱਖਿਆ ਸੀ ਅੱਛਾ ਇਹ ਸਕੂਲ ਚ ਇਹ ਹਿੰਦੀ ਅੰਗਰੇਜ਼ੀ ਪੰਜਾਬੀ ਸਾਰੀ ਸਾਡੇ ਕੋਲੇ ਪੜਦਾ ਜਿਹੜੀ ਉਹ ਕਿਸੇ ਕੋਲ ਨਹੀਂ ਬਿਲਕੁਲ ਇਹ ਵੱਖਰੀ ਹੈ ਹੈ ਵੱਖਰੀ ਹੈ ਸਾਡੀ ਬਾਤ ਹਾਂਜੀ ਇਹ ਜਦੋਂ ਰੋਡ ਲੱਗ ਗਿਆ ਸੀ ਹਾਂਜੀ ਤੇ ਮੇਰੀਆਂ ਬੱਕਰੀਆਂ ਚਾ ਕੇ ਬਹਿ ਜਾਂਦਾ ਸੀ ਠੀਕ ਹੈ ਜੀ ਕਿਤੇ ਮੇਵਣਾ ਚੱਕ ਲਿਆ ਕਿਤੇ ਮੀਂਗਣਾ ਪਾਸੇ ਕਰਤੀਆਂ ਰੋਡਦੇ ਦੀ ਹਾਂਜੀ ਉਦੋਂ ਦਾ ਆਪਾਂ ਰਣਾ ਹੀ ਤੁਰਿਆ ਹੁੰਦਾ ਬਸ ਠੀਕ ਹੈ ਹੁਣ ਵੀ ਆਪਾਂ ਇਹਨੂੰ ਆਪਦੇ ਬੱਚਿਆਂ ਨੂੰ ਆਇਆ ਸੀ ਉਹੀ ਪਿੰਡ ਆ ਤੁਹਾਡੇ ਵਾਲਾ ਰਾਮਿਆਣਾ ਪਿੰਡ ਰਾਮਿਆਣਾ ਤੇ ਉਮਰ ਕਿੰਨੀ ਹੋ ਗਈ ਹੁਣ ਇਹਦੀ ਇਹਦੀ 11 ਸਾਲਾਂ 11 ਸਾਲਾਂ ਦੀ ਉਮਰ 11 ਸਾਲਾਂ ਦੀ ਉਮਰ ਹੋ ਗਈ ਪੁੱਤ ਸ਼ੌਂਕ ਪੂਰਾ ਫਿਰ संपर्क कर लियो बकरी घंटा।